ਫਿਲੀਪੀਆਂ ਦੀ ਕਿਤਾਬ ਅਧਿਆਇ 1 ਮਸੀਹ ਯਸੂ ਦੇ ਦਾਸਾਂ ਪੌਲੂਸ ਅਤੇ ਤਿਮੋਥੀਸ ਵੱਲੋਂ ਫਿਲੀਪੇ ਦੇ ਸਭ ਲੋਕਾਂ ਅਤੇ ਉਹਨਾਂ ਦੇ ਆਤਮਕ ਰੱਖਿਅਕਾਂ ਅਤੇ ਸੇਵਾਦਾਰਾਂ ਨੂੰ ਜੋ ਮਸੀਹ ਦੀ ਸੰਗਤ ਵਿੱਚ ਹੋਣ ਕਾਰਨ ਪਰਮੇਸ਼ਰ ਦੇ ਲੋਕ ਹਨ, ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ ਤਾਂ ਮੈਂ ਆਪਣੇ ਪਰਮੇਸ਼ਰ ਨੂੰ ਧੰਨਵਾਦ ਦਿੰਦਾ ਹਾਂ। ਇਸੇ ਤਰ੍ਹਾਂ ਮੈਂ ਜਦੋਂ ਵੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਪ੍ਰਾਰਥਨਾ ਆਨੰਦ ਨਾਲ ਭਰੀ ਹੁੰਦੀ ਹੈ, ਕਿਉਂਕਿ ਸ਼ੁਰੂ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਹਿੱਸੇਦਾਰ ਬਣੇ ਹੋ। ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਸੀ, ਉਹੀ ਇਸ ਨੂੰ ਮਸੀਹ ਦੇ ਦਿਨ ਤੱਕ ਪੂਰਾ ਵੀ ਕਰੇਗਾ। ਇਹ ਠੀਕ ਵੀ ਹੈ ਕਿ ਮੈਂ ਤੁਹਾਡੇ ਸਭ ਦੇ ਲਈ ਇਹੋ ਜਿਹੇ ਵਿਚਾਰ ਰੱਖਾਂ, ਕਿਉਂਕਿ ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਥਾਂ ਬਣ ਗਈ ਹੈ। ਤੁਸੀਂ ਹਰ ਹਾਲ ਵਿੱਚ ਕਿਰਪਾ ਦੇ ਮਿਲੇ ਮੇਰੇ ਦਾਨ ਵਿੱਚ ਹਿੱਸੇਦਾਰ ਰਹੇ ਹੋ, ਚਾਹੇ ਮੈਂ ਕੈਦ ਵਿੱਚ ਰਿਹਾ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਸਬੂਤ ਲਈ ਸੱਦਿਆ ਗਿਆ। ਪਰਮੇਸ਼ਰ ਆਪ ਮੇਰਾ ਗਵਾਹ ਹੈ ਕਿ ਕਿਸ ਤਰ੍ਹਾਂ ਮਸੀਹ ਯਸੂ ਦੀ ਤਰ੍ਹਾਂ ਹੀ ਮੇਰੇ ਦਿਲ ਵਿੱਚ ਤੁਹਾਡੇ ਲਈ ਚਾਹ ਹੈ। ਮੇਰੀ ਪ੍ਰਾਰਥਨਾ ਇਹ ਹੈ ਤੁਹਾਡਾ ਪਿਆਰ ਬਹੁਤੇ ਤੋਂ ਬਹੁਤਾ ਵੱਧਦਾ ਜਾਵੇ ਅਤੇ ਤੁਸੀਂ ਸਭ ਤਰ੍ਹਾਂ ਦੇ ਗਿਆਨ ਅਤੇ ਅੰਤਰਦ੍ਰਿਸ਼ਟੀ ਨਾਲ ਭਰਪੂਰ ਹੁੰਦੇ ਜਾਵੋ। ਇਹ ਹੋਣ 'ਤੇ ਹੀ ਤੁਸੀਂ ਸੱਚ ਝੂਠ ਦਾ ਨਿਤਾਰਾ ਕਰ ਸਕੋਗੇ ਅਤੇ ਮਸੀਹ ਦਾ ਦਿਨ ਆਉਣ 'ਤੇ ਸ਼ੁੱਧ ਅਤੇ ਨਿਰਦੋਸ਼ ਠਹਿਰੋਗੇ। ਇਸ ਤਰ੍ਹਾਂ ਤੁਸੀਂ ਉਸ ਭਲਾਈ ਦੀ ਫਸਲ ਪੈਦਾ ਕਰੋਗੇ ਜੋ ਕੇਵਲ ਯਸੂ ਮਸੀਹ ਤੋਂ ਪਰਮੇਸ਼ਰ ਦੀ ਵਡਿਆਈ ਅਤੇ ਮਹਿਮਾ ਦੇ ਲਈ ਮਿਲ ਸਕਦੀ ਹੈ। ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ 'ਤੇ ਵਾਪਰਿਆ ਹੈ ਇਸ ਸਭ ਦੁਆਰਾ ਸ਼ੁਭ ਸਮਾਚਾਰ ਦਾ ਵਾਧਾ ਹੀ ਹੋਇਆ ਹੈ। ਮੇਰੇ 'ਤੇ ਲੱਗੇ ਪਹਿਰੇਦਾਰ ਅਤੇ ਬਾਕੀ ਸਭ ਲੋਕ ਵੀ ਜਾਣ ਗਏ ਹਨ ਕਿ ਮੈਂ ਆਪਣੇ ਮਸੀਹੀ ਵਿਸ਼ਵਾਸ ਦੇ ਕਾਰਨ ਹੀ ਕੈਦ ਵਿੱਚ ਹਾਂ। ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਨੂੰ ਨਿਡਰਤਾ ਅਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ। ਹਾਂ, ਉਹਨਾਂ ਵਿੱਚੋਂ ਕੁਝ ਤਾਂ ਕੇਵਲ ਆਪਣੀ ਈਰਖਾ ਵਾਲੀਆਂ ਅਤੇ ਵਿਰੋਧੀ ਭਾਵਨਾਵਾਂ ਦੇ ਕਾਰਨ ਹੀ ਪ੍ਰਚਾਰ ਕਰਦੇ ਹਨ, ਪਰ ਦੂਜੇ ਇਹੋ ਜਿਹੇ ਵੀ ਹਨ ਜੋ ਸੱਚੇ ਦਿਲੋਂ ਖੁਸ਼ੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ। ਉਹ ਲੋਕ ਵੀ ਹਨ ਜੋ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਲਈ ਹੀ ਇੱਥੇ ਹਾਂ। ਪਰ ਕੁਝ ਦੂਜੇ ਵੀ ਹਨ ਜਿਨ੍ਹਾਂ ਦੇ ਉਦੇਸ਼ ਰਲੇ ਮਿਲੇ ਹਨ ਅਤੇ ਉਹ ਕੇਵਲ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਹੀ ਮਸੀਹ ਦਾ ਪ੍ਰਚਾਰ ਕਰਦੇ ਹਨ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਕੈਦ ਵਿਚਲੇ ਦੁੱਖਾਂ ਵਿੱਚ ਵਾਧਾ ਕਰਦੇ ਹਨ। ਪਰ ਫਿਰ ਕੀ ਹੋਇਆ? ਕੁਝ ਵੀ ਨਹੀਂ, ਕਿਉਂਕਿ ਹਰ ਹਾਲਤ ਵਿੱਚ ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ, ਚਾਹੇ ਦਿਖਾਵੇ ਦੇ ਲਈ ਜਾਂ ਅਸਲ ਰੂਪ ਵਿੱਚ। ਇਸ ਦੇ ਲਈ ਮੈਂ ਖੁਸ਼ ਹਾਂ ਅਤੇ ਮੈਂ ਇਸੇ ਤਰ੍ਹਾਂ ਅੱਗੇ ਵੀ ਖੁਸ਼ ਰਹਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀ ਪ੍ਰਾਰਥਨਾ ਅਤੇ ਯਸੂ ਮਸੀਹ ਦੇ ਆਤਮਾ ਦੀ ਸ਼ਕਤੀ ਦੁਆਰਾ ਮੈਨੂੰ ਰਿਹਾਈ ਜ਼ਰੂਰ ਮਿਲੇਗੀ। ਮੈਨੂੰ ਪੂਰੀ ਆਸ਼ਾ ਹੈ ਅਤੇ ਮੇਰੇ ਮਨ ਦੀ ਚਾਹ ਵੀ ਇਹੀ ਹੈ ਕਿ ਮੈਂ ਕਿਸੇ ਤਰ੍ਹਾਂ ਹੁਣ ਪੂਰੀ ਦਲੇਰੀ ਨਾਲ, ਚਾਹੇ ਮੈਂ ਜੀਵਾਂ ਜਾਂ ਮਰਾਂ, ਮਸੀਹ ਦਾ ਪ੍ਰਚਾਰ ਕਰਾਂ ਤਾਂ ਜੋ ਮੇਰੇ ਦੁਆਰਾ ਹਰ ਤਰ੍ਹਾਂ ਨਾਲ ਕੇਵਲ ਮਸੀਹ ਦੀ ਹੀ ਮਹਿਮਾ ਹੋਵੇ। ਥੋੜ੍ਹੇ ਸ਼ਬਦਾਂ ਵਿੱਚ, ਮੇਰੇ ਲਈ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ। ਪਰ ਜੇਕਰ ਮੈਂ ਸਰੀਰਕ ਰੂਪ ਵਿੱਚ ਜਿਉਂਦਾ ਹਾਂ ਤਾਂ ਇਸ ਦਾ ਅਰਥ ਹੈ ਕਿ ਆਪਣੇ ਤੋਂ ਫਲ ਪੈਦਾ ਕਰਾਂ। ਇਸ ਹਾਲਤ ਵਿੱਚ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਨੂੰ ਚੁਣਾਂ। ਮੈਂ ਦੁਵਿਧਾ ਵਿੱਚ ਫਸਿਆ ਹੋਇਆ ਹਾਂ। ਮੇਰੀ ਚਾਹ ਤਾਂ ਇਹ ਹੈ ਕਿ ਮੈਂ ਇਸ ਸਰੀਰਕ ਜੀਵਨ ਤੋਂ ਵਿਦਾ ਲਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ। ਇਹ ਮੇਰੇ ਲਈ ਸਭ ਤੋਂ ਉੱਤਮ ਹੋਵੇਗਾ, ਪਰ ਤੁਹਾਡੀ ਖਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਉਂਦਾ ਰਹਾਂ। ਇਸ ਦਾ ਮੈਨੂੰ ਪੱਕਾ ਭਰੋਸਾ ਵੀ ਹੈ ਅਤੇ ਮੈਂ ਜਾਣਦਾ ਵੀ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੇ ਕੋਲ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖੁਸ਼ੀ ਵਾਸਤੇ ਰਹਾਂਗਾ। ਇਸ ਲਈ ਦੁਬਾਰਾ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਯਸੂ ਦੀ ਸੰਗਤ ਕਾਰਨ ਤੁਸੀਂ ਮੇਰੇ 'ਤੇ ਹੋਰ ਵੀ ਅਧਿਕ ਮਾਣ ਕਰ ਸਕੋਗੇ। ਬਸ ਇੱਕ ਗੱਲ ਯਾਦ ਰੱਖੋ, ਤੁਹਾਡਾ ਹਰ ਰੋਜ਼ ਦਾ ਦੂਜਿਆਂ ਸੰਬੰਧੀ ਵਰਤਾਵ ਮਸੀਹ ਦੇ ਸ਼ੁਭ ਸਮਾਚਾਰ ਅਨੁਸਾਰ ਹੋਣਾ ਚਾਹੀਦਾ ਹੈ। ਬੇਸ਼ੱਕ ਮੈਂ ਤੁਹਾਡੇ ਤੋਂ ਦੂਰ ਹੋਵਾਂ, ਪਰ ਹਰ ਹਾਲਤ ਵਿੱਚ
मैं तुहाड़े बारे यही सुनना चाहुंदा हाँ कि तुसी पूरे तौर नाल एक मन हो अते तुहाड़ा सारयां दा शुभ समाचार दे विश्वास संघर्ष संबंधी एक ही उद्देश है। नाले ए वी कि तुसी अपने विरोधियों दा दलेरी नाल मुकाबला कर रहे हो, इसे तो उन्हां नूं पता लग जाएगा कि वह नाश होणगे अते तुसी बचाए जावोगे। ये सब परमेश्वर आप करेगा। परमेश्वर ने तुहानू केवल मसीह ते विश्वास करन द्वारा सेवा दी ही दात नहीं दित्ती है, सगों उस दे लई दुख सहन द्वारा भी। तुहाड़ा अते मेरा यही एक संघर्ष है। एक बार तुसी मैनू ये संघर्ष करदे देख भी चुके हो अते हुण जिस तरह तुसी सुन रहे हो मैं अजे भी उसे संघर्ष विच लगा होया हाँ।